सांझा टीम पहुंची है हलका अमलोह दे विच। 90% विकास अमलोह हलके का काका रणदीप सिंह जी की अगवाई विच होया है और जिहड़ा 10% लगा चोन जाबते बाद उहनूं असीं मुकम्मल सी करांगे। हजे तक सिर्फ 10% काम होया। काका रणदीप सिंह ने यह कहा कि मंडी गोबिंदगढ़ दे विच कहना मैं ओवर ब्रिज जे बन गया तां बूटा च खड़ू मैं बिल्कुल नहीं खड़ूंगा। साडे गोबिंदगढ़ दे विच अज इंडस्ट्री नूं 4 चंद लगे हुए ने। कोई भी बंदा इहो जिहा नहीं है जिहड़ा कि अपने वेला बैठा होवे। 30 साल तो फ्लाईओवर का काम फाटकों वाला अड़िया होया। फ्लाईओवर की एक इट भी लगी दिखा देन जी, असीं इन्हां दे काका जी नूं अपने बंदे तों वोटां पवावांगे। बस स्टैंड का जिहड़ा नीह पत्थर है सरदार प्रकाश सिंह दे बादल दे टाइम ते रख्या गया, हुण जिहड़ा रेनोवेशन वास्ते 20 लाख रुपया आया ਉਹ ਇਹ ਜਾਣਦੇ ਆ ਹੁਣ ਕਿੱਥੇ ਲੱਗਦਾ ਹੈ, ਕੋਈ ਸਮੇਂ ਤੋਂ ਬਾਹਰ ਦੀ ਗੱਲ ਹੈ। ਪੂਰੀ ਰਿਸ਼ਵਤ ਖੋਰੀ ਮਲੋਹ ਹਲਕੇ ਦੇ ਵਿੱਚ ਚੱਲ ਰਹੀ ਹੈ। ਕਿਸੇ ਕਿਸਮ ਦਾ ਕੋਈ ਵੀ ਇਹਨਾਂ ਦਾ ਨੁਮਾਇੰਦਾ ਬਿਨਾਂ ਪੈਸੇ ਤੋਂ ਕੰਮ ਨਹੀਂ ਹੋ ਰਿਹਾ। ਬੁੱਗਾ ਕਲਾਂ ਦਾ ਸਾਬਕਾ ਸਰਪੰਚ ਦੇ ਕੱਲ ਈਡੀ ਦੀ ਰੇਟ ਹੋਈ ਹੈ, ਇਹਨਾਂ ਦਾ ਸਰਪੰਚ ਸੀਗਾ। ਇਹ ਕਹਿੰਦੇ ਨੇ ਨਗਰ ਕੌਂਸਲ ਦੇ ਵਿੱਚ ਅਸੀਂ ਇੱਕ ਵੋਟ ਤੋਂ ਹਾਰੇ ਹਾਂ। ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੇ ਇਲੈਕਸ਼ਨਾਂ ਦੇ ਵਿੱਚ ਮਰੇ ਹੋਏ ਬੰਦੇ ਦੀਆਂ ਵੋਟਾਂ ਪਈਆਂ ਨੇ। 20 ਸਾਲਾਂ ਤੋਂ ਕਾਂਗਰਸ ਐਮਐਲ ਸਾਹਿਬ ਹੈਗੇ ਨੇ, ਅੱਜ ਵੀ ਮੰਡੀ ਗੋਬਿੰਦਗੜ੍ਹ ਦਾ ਬੁਰਾ ਹਾਲ ਹੈ। ਸੜਕਾਂ ਦਾ ਅੱਜ ਇਲੈਕਸ਼ਨ ਖਤਮ ਹੋਣ ਲੱਗਿਆ ਹੁਣ ਸਾਰੀ ਸੜਕਾਂ ਪਟਾਤੀਆਂ, ਹਸਪੀਟਲ ਦਾ ਬੁਰਾ ਹਾਲ ਹੈ। 20 ਸਾਲਾਂ ਚੋਂ ਕਿਉਂ ਨਹੀਂ ਕੰਮ ਕੀਤਾ? ABP ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਪੁੱਲਰਜੀਤ ਸਿੰਘ ਤੇ ਅੱਜ ABP ਸਾਂਝਾ ਟੀਮ ਪਹੁੰਚੀ ਹੈ ਹਲਕਾ ਅਮਲੋਹ ਦੇ ਵਿੱਚ। ਅਮਲੋਹ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਕਾਕਾ ਰਣਦੀਪ ਸਿੰਘ ਨਾਭਾ, ਜਿਹੜੇ ਕਿ ਇਸ ਵੇਲੇ ਕੈਬਨਿਟ ਮੰਤਰੀ ਵੀ ਨੇ ਔਰ ਲਗਾਤਾਰ 2 ਵਾਰ ਪਹਿਲਾਂ ਨਾਭੇ ਤੋਂ ਔਰ ਪਿਛਲੇ ਸਾਲ ਇੱਥੋਂ ਅਮਲੋਹ ਹਲਕੇ ਤੋਂ ਜਿੱਤੇ ਸੀ ਔਰ ਉਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਕੈਬਨਿਟ ਦੇ ਵਿੱਚ ਰੈਂਕ ਮਿਲਿਆ ਔਰ ਬਤੌਰ ਖੇਤੀਬਾੜੀ ਮੰਤਰੀ ਮਹਿਕਮਾ ਉਹਨਾਂ ਨੂੰ ਮਿਲਿਆ। ਔਰ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਤੋਂ ਨਵਾਂ ਚਿਹਰਾ ਇਸ ਵਾਰ ਗੈਰੀ ਵੜਿੰਗ ਨੇ, ਉਹ ਚੋਣ ਅਖਾੜੇ ਵਿੱਚ ਨੇ। ਔਰ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਿਹੜੇ ਪਿਛਲੀ ਵਾਰ ਵੀ ਚੋਣ ਲੜ ਚੁੱਕੇ ਨੇ, ਉਹ ਚੋਣ ਮੈਦਾਨ ਦੇ ਵਿੱਚ ਨੇ। ਸਭ ਤੋਂ ਪਹਿਲਾਂ ਚੱਲਦੇ ਹਾਂ ਕਾਂਗਰਸ ਦੇ ਬੰਦੇ ਔਰ ਬਾਕੀ ਜਿਹੜੇ ਇੱਥੇ ਹਲਕੇ ਦੇ ਲੋਕ ਨੇ ਸਾਡੇ ਨਾਲ ਪਹੁੰਚੇ ਹੋਏ ਨੇ, ਗੱਲਬਾਤ ਕਰਾਂਗੇ। ਕਾਂਗਰਸ ਦੀ ਗੱਲ ਕਰੀਏ, ਪਿਛਲੇ 5 ਸਾਲਾਂ ਦੇ ਵਿੱਚ ਕਿੰਨਾ ਕੁ ਹਲਕੇ ਦਾ ਵਿਕਾਸ ਹੋਇਆ? 90% ਵਿਕਾਸ ਅਮਲੋਹ ਹਲਕੇ ਦਾ ਕਾਕਾ ਰਣਦੀਪ ਸਿੰਘ ਜੀ ਦੀ ਅਗਵਾਈ ਵਿੱਚ ਹੋਇਆ ਔਰ ਜਿਹੜਾ 10% ਲੈ ਗਿਆ ਚੋਣ ਜਾਬਤੇ ਬਾਅਦ ਉਹਨੂੰ ਅਸੀਂ ਮੁਕੰਮਲ ਅਸੀਂ ਕਰਾਂਗੇ, ਜਲਦੀ ਜਲਦੀ ਕਰਾਂਗੇ। ਭਲਾ ਜੀ, ਤੁਸੀਂ ਕਾਕਾ ਜੀ ਦੇ ਹਮੇਸ਼ਾ ਨਾਲ ਦੇਖੇ ਗਏ ਹੋ, ਪਿਛਲੀ ਵਾਰ ਪ੍ਰੋਗਰਾਮ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਲੱਗਦਾ ਕਿੰਨਾ ਕੁ ਪਿਛਲੇ 5 ਸਾਲਾਂ ਦੇ ਵਿੱਚ, ਕਿਉਂਕਿ ਪਿਛਲੀ ਵਾਰ ਚੋਣ ਲੜੀ ਸੀ ਲੱਗ ਰਿਹਾ ਸੀ ਉਤਾਰ ਚੜਾ ਸੀਗੇ ਔਰ ਜਿਹੜੀ ਸੀਟ ਵੀ ਸੀ ਉਹ ਵੀ ਡਗਮਗਾਉਂਦੀ ਨਜ਼ਰ ਆ ਰਹੀ ਸੀ, ਉਸ ਤੋਂ ਬਾਅਦ ਹੁਣ ਕਿੰਨਾ ਕੁ ਵਿਕਾਸ ਹੋ ਚੁੱਕਿਆ? ਵਿਕਾਸ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਵੀ ਜਿਹੜੇ ਮੇਨ ਮੁੱਦੇ ਸੀਗੇ ਅਮਲੋਹ ਦੇ ਔਰ ਗੋਬਿੰਦਗੜ੍ਹ ਦੇ, ਗੋਬਿੰਦਗੜ੍ਹ ਦੇ ਵੀ ਅਸੀਂ ਕਰ ਚੁੱਕੇ ਹਾਂ। ਅਮਲੋਹ ਦੇ ਆਪਣੇ 90 ਪਿੰਡਾਂ ਵਿੱਚੋਂ 72 ਪਿੰਡਾਂ ਵਿੱਚ ਪਾਰਕ ਬਣ ਚੁੱਕੇ ਨੇ, ਡਿਵੈਲਪਮੈਂਟ ਹੋ ਚੁੱਕੀ ਹੈ, ਗਲੀਆਂ ਨਾਲੀਆਂ ਸੜਕਾਂ ਸੀਵਰੇਜ ਇਹ ਸਭ ਕੁਝ ਮੁਕੰਮਲ ਕਰ ਚੁੱਕੇ ਹਾਂ। ਸਿਰਫ ਇਲੈਕਸ਼ਨ ਚੋਣ ਜਾਬਤਾ ਲੱਗ ਚੁੱਕੇ ਆ, ਉਹ ਤੋਂ ਬਾਅਦ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਜਲਦੀ ਜਲਦੀ ਅਸੀਂ ਕਾਕਾ ਰਣਦੀਪ ਸਿੰਘ ਦੀ ਅਗਵਾਈ ਵਿੱਚ ਔਰ ਸਾਰੇ ਵਰਕਰ ਸਾਥੀ ਇੱਥੇ ਖੜੇ ਨੇ ਜਲਦੀ ਜਲਦੀ ਮੁਕੰਮਲ ਕਰਾਂਗੇ ਅਸੀਂ। 90% ਕਹਿ ਰਹੇ ਨੇ ਕਿ ਜਿਹੜੇ ਕੰਮ ਨੇ ਉਹ ਹੋ ਚੁੱਕੇ ਨੇ। ਇਹ ਜੀ ਹਲਕੇ ਅਮਲੋਹ ਦੇ ਜਿਹੜੇ ਲੋਕ ਨੇ ਇਸ ਵਾਰ ਦੱਸ ਦੇਣਗੇ, ਕਿਉਂਕਿ ਜਿੱਥੇ ਤੱਕ ਅਸੀਂ ਦੇਖਿਆ ਹਜੇ ਤੱਕ ਸਿਰਫ 10% ਕੰਮ ਹੋਇਆ, 90% ਹੈ ਜਿਹੜਾ ਉਹ ਜਾਂ ਤਾਂ ਪੈਂਡਿੰਗ ਹੈ ਜਾਂ ਉਹਨਾਂ ਨੇ ਸਿਰਫ ਅਖੀਰਲੇ 6 ਮਹੀਨਿਆਂ ਦੇ ਵਿੱਚ ਕਰਨਾ ਸਟਾਰਟ ਕੀਤਾ। ਤੁਸੀਂ ਸੜਕਾਂ ਦੇਖ ਸਕਦੇ ਹੋ, ਹਰ ਪਿੰਡ ਜਾ ਕੇ ਲੱਗੇ ਹੋਏ ਜਿਹੜੇ ਕੰਮ ਨੇ ਉਹ ਦੇਖ ਸਕਦੇ ਹੋ, ਹਜੇ ਤੱਕ ਕੋਈ ਕੰਮ ਨਹੀਂ ਹੋਇਆ। ਦੇਖੋ ਜੀ, ਗੱਲ ਇਹ ਹੈ ਸਰਕਾਰ ਕਹਿੰਦੀ ਹੈ 80% ਕੰਮ ਹੋ ਗਏ, ਜਦਕਿ 5% ਵੀ ਕੰਮ ਨਹੀਂ ਹੋਇਆ। ਕਾਕਾ ਰਣਦੀਪ ਸਿੰਘ ਨੇ ਇਹ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਕਹਿੰਦਾ ਮੈਂ ਓਵਰ ਬ੍ਰਿਜ ਜੇ ਬਣ ਗਿਆ ਤਾਂ ਬੂਟਾ 'ਚ ਖੜੂ ਮੈਂ ਬਿਲਕੁਲ ਨਹੀਂ ਖੜੂੰਗਾ। ਐਲੀਗੇਸ਼ਨ ਲੱਗ ਰਹੇ ਨੇ ਔਰ ਬ੍ਰਿਜ ਦੀ ਗੱਲ ਹੋ ਰਹੀ ਹੈ, ਕਿਹਾ ਗਿਆ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਬ੍ਰਿਜ ਬਣੂਗਾ ਔਰ ਉਸ ਬ੍ਰਿਜ ਦੀ ਗੱਲ ਕਰ ਰਹੇ ਨੇ। ਦੇਖੋ ਜਿਹੜੀ ਬ੍ਰਿਜ ਵਾਲੀ ਗੱਲ ਹੈ ਉਹ ਇਲੈਕਸ਼ਨ ਤੋਂ ਪਹਿਲਾਂ ਬਣਨ ਵਾਲੀ ਗੱਲ ਨਹੀਂ, ਉਹਨਾਂ ਕਹੀ ਵੀ ਜੇ ਕੰਮ ਮੈਂ ਚਾਲੂ ਨਾ ਕਰਾਇਆ ਤਾਂ ਮੈਂ ਇੱਥੇ 6ਵੇਂ ਪਾਤਸ਼ਾਹ ਦੀ ਵਸਾਈ ਹੋਈ ਨਗਰੀ ਆ ਮੰਡੀ ਗੋਬਿੰਦਗੜ੍ਹ ਤਾਂ ਮੈਂ ਇਲੈਕਸ਼ਨ ਨਹੀਂ ਲੜੂੰਗਾ। ਤੁਸੀਂ ਦੇਖ ਸਕਦੇ ਹੋ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ, ਉੱਥੇ ਕੰਮ ਚੱਲ ਰਿਹਾ ਹੈ, ਸੀਵਰੇਜ ਪੈ ਰਿਹਾ ਕਿਉਂਕਿ ਜਿਹੜਾ ਪੁਰਾਣਾ ਸੀਵਰੇਜ ਸੀਗਾ ਉਹਨੂੰ ਦੂਈ ਜਗ੍ਹਾ ਸ਼ਿਫਟ ਕੀਤਾ ਹੈ, ਵਾਟਰ ਸਪਲਾਈ ਪੈ ਰਹੀ ਆ, ਇਲੈਕਟ੍ਰਿਸਿਟੀ ਦਾ ਕੰਮ ਹੋ ਰਿਹਾ, ਜਿਹੜੀਆਂ ਵਾਇਰਾਂ ਨੇ ਉਹ ਸਾਰੀਆਂ ਨੇ ਔਰ ਜਿਹੜੇ ਮਤਲਬ ਲੋਕਾਂ ਨੂੰ ਅਸੀਂ ਪੈਸੇ ਦੇਣੇ ਨੇ ਉਹਨਾਂ ਦਾ ਵੀ ਅਸੀਂ 8,53,07,000 ਰੁਪਏ ਦਾ ਚੈੱਕ ਹੈ ਉਹ SDM ਸਾਹਿਬ ਨੂੰ ਨਗਰ ਕੌਂਸਲ ਵੱਲੋਂ 4-5 ਮਹੀਨੇ ਪਹਿਲਾਂ ਦਿੱਤਾ ਜਾ ਚੁੱਕਿਆ। ਉਹਦਾ ਅਵਾਰਡ ਜਿਹੜਾ ਹੈਗਾ ਉਹ ਹੁਣ ਅੱਗੇ ਜਿਹੜਾ ਸਿਸਟਮ ਹੈ ਉਹ ਸਰਕਾਰੀ ਮੁਲਾਜ਼ਮਾਂ ਦਾ ਕੰਮ ਹੈ ਜਿਹੜਾ, ਲੇਕਿਨ ਜਿਹੜਾ ਅਸੀਂ ਆਪਣੇ ਸਾਡੇ ਐਮਐਲਏ ਸਾਹਿਬ ਨੇ ਕਰਨਾ ਸੀਗਾ ਉਹ ਅਸੀਂ ਕਰ ਚੁੱਕੇ ਹਾਂ।
ਤਾਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਨੇ ਔਰ ਜਿਸ ਬ੍ਰਿਜ ਦੀ ਗੱਲ ਕਰ ਰਹੇ ਨੇ ਉਹ ਬ੍ਰਿਜ ਉਹ ਕਹਿ ਚੁੱਕੇ ਨੇ ਕੰਮ ਚਾਲੂ ਹੋ ਚੁੱਕਿਆ ਔਰ ਆਲਰੇਡੀ ਕੰਮ ਉਹ ਚੱਲ ਰਿਹਾ ਉਸ ਫਲਾਈਓਵਰ ਵਾਸਤੇ ਹਾਲੇ ਤੱਕ ਲੈਂਡ ਅਕਵਾਇਰ ਤੱਕ ਨਹੀਂ ਹੋਈ ਪਤਾ ਨਹੀਂ ਕਿਹੜਾ ਕੰਮ ਇਹਨਾਂ ਨੂੰ ਦਿਖ ਰਿਹਾ ਕਾਂਗਰਸੀਆਂ ਨੂੰ ਜਗ੍ਹਾ ਅਕਵਾਇਰ ਨਹੀਂ ਹੋਈ ਹਾਲੇ ਤੱਕ ਉੱਥੇ ਮਿੱਲਾਂ ਖੜੀਆਂ ਨੇ ਲੋਕਾਂ ਨੂੰ ਪੇਮੈਂਟ ਨਹੀਂ ਹੋਈ ਬੰਕ ਖਾਲੀ ਨਹੀਂ ਹੋਈ ਮਾਰਕੇਸ਼ਨ ਨਹੀਂ ਹੋਈ ਜੀਡੀ ਰੋਡ ਤੇ ਕਹਿ ਰਹੇ ਨੇ ਕਿ ਉਹ ਬ੍ਰਿਜ ਬਣ ਰਿਹਾ ਇਸ ਟਾਈਮ ਤੇ ਨੈਸ਼ਨਲ ਹਾਈਵੇ ਉਹ ਪ੍ਰੋਜੈਕਟ ਨਹੀਂ ਹੈ ਜੀ 30 ਸਾਲ ਤੋਂ ਫਲਾਈਓਵਰ ਦਾ ਕੰਮ ਫਾਟਕਾਂ ਵਾਲਾ ਅੜਿਆ ਹੋਇਆ ਐਨਐਚਏਆਈ ਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੈ ਅੰਬੇ ਮਾਦਰੇ ਵਾਲਾ ਪੁਲ ਹੈ ਐਨਐਚਏਆਈ ਬਣਾ ਰਹੀ ਹੈ ਉਹਨੂੰ ਉਹਦੇ ਚੰਨ ਦੀ ਕੀ ਪ੍ਰਾਪਤੀ ਹੈ ਜੀ ਐਮਐਲਏ ਉਹ ਚ ਕੀ ਕਰ ਲੂਗਾ ਦੂਜੀ ਗੱਲ 2 ਕਰੋੜ 60 ਲੱਖ ਦੀ ਟੈਂਡਰਿੰਗ ਹੋਈ ਹੈ ਮੰਡੀ ਗੋਬਿੰਦਗੜ੍ਹ ਰੋਡ ਦੀ ਜਿਹੜੀ ਕਿ ਟੋਲ ਰੋਡ ਹੈ ਪਹਿਲੇ ਨੰਬਰ ਤੇ ਟੋਲ ਕੰਪਨੀ ਨੇ ਬਣਾਣੀ ਹੈ ਉਹਨਾਂ ਨੇ ਨਹੀਂ ਬਣਾਈ ਉਹ ਭੱਜ ਗਏ 2 ਕਰੋੜ 60 ਲੱਖ ਪੰਜਾਬ ਗਵਰਨਮੈਂਟ ਤੋਂ ਕਾਕਾ ਜੀ ਕਹਿ ਰਹੇ ਨੇ ਵੀ ਅਸੀਂ ਪਾਸ ਕਰਾਤਾ ਤੁਸੀਂ ਪੈਚ ਵਰਕ ਦਾ ਤੁਸੀਂ ਵੀ ਲੰਘ ਕੇ ਆਏ ਹੋਵੋਗੇ ਉਹਦੇ 'ਚ ਮਾੜੀ ਕਾਰ ਡੁੱਬ ਜਾਂਦੀ ਹੈ ਡੇਢ ਟੋਏ ਨੇ ਇਸ ਟਾਈਮ ਉਹ ਸੜਕ ਦੇ ਵਿੱਚ ਉਹ 2 ਕਰੋੜ 60 ਲੱਖ ਦਾ ਹਿਸਾਬ ਦੇ ਦਿਓ ਤਾਂ ਕਹਿ ਰਹੇ ਨੇ ਕਿ ਜਿਹੜਾ 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 ਫਲਾਈਓਵਰ ਦੀ ਗੱਲ ਕਰ ਰਹੇ ਨੇ ਕਿ ਉਹਦਾ ਹਲੇ ਕੰਮ ਸ਼ੁਰੂ ਨਹੀਂ ਹੋਇਆ ਹੈਗਾ ਨਹੀਂ ਦੇਖੋ ਜਿਹੜਾ ਫਲਾਈਓਵਰ ਹੈ ਗੋਬਿੰਦਗੜ੍ਹ ਦੇ ਵਿੱਚ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਉੱਥੇ ਜਾ ਕੇ ਚਾਹੇ ਤੁਸੀਂ ਦੇਖ ਵੀ ਸਕਦੇ ਹੋ ਕਾਕਾ ਜੀ ਦੀ ਰਹਿਨਮਾਈ ਹੇਠ ਗੋਬਿੰਦਗੜ੍ਹ ਦੇ ਵਿੱਚੋਂ ਜਿਹੜਾ ਫਲਾਈਓਵਰ ਦੇ ਵਿੱਚ ਉੱਥੇ ਠੇਕੇਦਾਰ ਨੇ ਸਾਰਾ ਸਿਸਟਮ ਲਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਹਦੇ ਨਿਰਮਾਣ ਮੇਰੇ ਖਿਆਲ 'ਚ 5-6 ਮਹੀਨੇ ਦੇ ਵਿੱਚ ਹੋ ਜਾਊਗਾ ਉਹਦਾ ਅਗਲੇ ਨੈਕਸਟ ਮੰਥ ਦੇ ਵਿੱਚ ਇਹ ਹਲਕਾ ਮਲੋਹ ਸੀਟ ਹੈ ਇੱਥੋਂ ਕਿਹੜੇ ਕੰਮ ਵੱਡੇ ਕਾਂਗਰਸ ਵੱਲੋਂ ਕਰਾਏ ਗਏ ਨੇ ਦੇਖੋ ਹਲਕਾ ਮਲੋਹ ਦੇ ਵਿੱਚ ਕਾਕਾ ਰਣਦੀਪ ਸਿੰਘ ਦੀ ਰਹਿਨਮਾਈ ਹੇਠ 4 ਕਰੋੜ ਦੇ ਕੰਮ ਪਹਿਲਾਂ ਹੋ ਚੁੱਕੇ ਨੇ ਤੇ 4.5 ਕਰੋੜ ਰੁਪਏ ਦੇ ਕੰਮ ਜਿਹੜੇ ਸਾਡੇ ਨੇ ਗ੍ਰਾਂਟਾਂ ਥਰੂ ਚੱਲ ਰਹੇ ਨੇ ਜਿੱਥੋਂ ਸ਼ਹਿਰ ਨੂੰ ਸੁੰਦਰ ਕਰਨ ਲਈ 68,80,000 ਰੁਪਏ ਦਾ ਕੰਮ ਇੰਟਰਲੋਕਿੰਗ ਟਾਈਲ ਦਾ ਮੇਨ ਰੋਡ ਤੇ ਚੱਲ ਰਿਹਾ ਤੇ 3.5 ਲੱਖ ਰੁਪਇਆ ਜਿਹੜਾ ਸਾਹਮਣੇ ਜਿੱਥੇ ਆਪਾਂ ਬੱਸ ਸਟੈਂਡ ਦੇ ਵਿੱਚ ਖੜੇ ਆ ਇਹਦੇ ਵਿੱਚ ਪਾਰਕ ਬਣਾ ਕੇ ਬਾਬਾ ਭੀਮ ਰਾਓ ਅੰਬੇਦਕਰ ਜੀ ਦਾ ਬੁੱਤ ਲਗਾਇਆ ਗਿਆ ਹੈ ਅਤੇ 20 ਲੱਖ ਰੁਪਏ ਦੀ ਲਾਗਤ ਵਾਲਾ ਜਿਹੜੇ ਆਪਾਂ ਜਿੱਥੇ ਬੱਸ ਸਟੈਂਡ ਦੇ ਵਿੱਚ ਮੌਜੂਦਾ ਖੜੇ ਆ ਇਹਨੂੰ ਰੈਨੋਵੇਟ ਕੀਤਾ ਹੈਗਾ ਜਿਹੜਾ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਨੂੰ ਦੱਸਣ ਦੀ ਕੋਈ ਲੋੜ ਨਹੀਂ ਵੀ ਇੱਥੇ ਕਿੰਨੇ ਕੰਮ ਹੋਏ ਨੇ ਅਤੇ 58,80,000 ਰੁਪਏ ਦੀ ਕੀਮਤ ਨਾਲ ਕੈਂਬੀ ਮਸ਼ੀਨ ਜਿਹਦੇ ਆ ਮੇਰੇ ਕੋਲ ਡਿਟੇਲ ਹੈ ਅਗਲੇ 20 ਦਿਨਾਂ ਦੇ ਵਿੱਚ ਮਲੋਹ ਦੇ ਵਿੱਚ ਆ ਜਾਊਗੀ ਅਤੇ ਸ਼ਹਿਰ ਦੇ ਵਿੱਚੋਂ ਕੂੜਾ ਚੱਕਣ ਲਈ ਜਿਹੜੀ ਕਿ ਮੇਨ ਦਿੱਕਤ ਸੀ ਪਿਛਲੇ ਅਕਾਲੀ ਸਰਕਾਰ ਨੇ ਜਿੱਥੇ ਕਦੇ ਵੀ ਇਸ ਟੌਪਿਕ ਦੇ ਮਤਲਬ ਧਿਆਨ ਨਹੀਂ ਦਿੱਤਾ ਅਸੀਂ 2 ਟਾਟਾ ਏਸ ਖਰੀਦੇ ਨੇ ਜਿਹੜੇ ਕਿ ਡੋਰ ਟੂ ਡੋਰ ਕੂੜਾ ਕਲੈਕਟ ਕਰਦੇ ਨੇ ਜਿਹਦੇ ਨਾਲ ਤਕਰੀਬਨ 90% ਸ਼ਹਿਰ ਦੇ ਵਿੱਚੋਂ ਕੂੜੇ ਦੀ ਦਿੱਕਤ ਹੈ ਜਿਹੜੀ ਉਹ ਖਤਮ ਹੋਈ ਹੈ ਇਹ ਕਾਕਾ ਰਣਦੀਪ ਸਿੰਘ ਕੈਬਨਿਟ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਹੈ ਵੀ ਜਿਹੜੀ ਅੱਜ ਸ਼ਹਿਰ ਹੈ ਸਾਡਾ ਉਹ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਆਲੇ ਦੁਆਲੇ ਦੇ ਸਾਰੇ ਸ਼ਹਿਰਾਂ ਨਾਲੋਂ ਸੁੰਦਰ ਹੈ ਤੇ ਵਧੀਆ ਹੈ ਕਾਂਗਰਸ ਪਾਰਟੀ ਦੇ ਜਿਹੜੇ ਹਲਕੇ ਤੇ ਲੋਕ ਨੇ ਜਾਂ ਜਿਹੜੇ ਚਰਚਾ ਵਿੱਚ ਉਹਨੂੰ ਕਹਿ ਰਹੇ ਨੇ ਕਿ ਬਹੁਤ ਵਿਕਾਸ ਹੋ ਗਿਆ ਵਿਕਾਸ ਦੀ ਹਨੇਰੀ ਆ ਬੱਸ ਸਟੈਂਡ ਤੋਂ ਲੈ ਕੇ ਗਲੀਆਂ ਤੋਂ ਲੈ ਕੇ ਸੁੰਦਰੀਕਰਨ ਤੋਂ ਲੈ ਕੇ ਪਾਰਕਾਂ ਤੋਂ ਲੈ ਕੇ ਕੋਈ ਚੀਜ਼ ਨਹੀਂ ਰਹੀ ਦੇਖੋ ਪਹਿਲਾਂ ਦੇਖਿਆ ਜਾ ਜੋ ਬੱਸ ਸਟੈਂਡ ਦਾ ਜਿਹੜਾ ਨੀਂਹ ਪੱਥਰ ਹੈ ਸਰਾ ਪ੍ਰਕਾਸ਼ ਸਿੰਘ ਦੇ ਬਾਦਲ ਦੇ ਟਾਈਮ ਤੇ ਰੱਖਿਆ ਗਿਆ ਉਦੋਂ ਬਾਅਦ ਹੁਣ ਜਿਹੜਾ ਰੈਨੋਵੇਸ਼ ਵਾਸਤੇ 20 ਲੱਖ ਰੁਪਇਆ ਆਇਆ ਉਹ ਇਹ ਜਾਣਦਿਆਂ ਹੁਣ ਕਿੱਥੇ ਲੱਗ ਰਿਹਾ ਇਹ ਕੋਈ ਸਮਝ ਤੋਂ ਬਾਹਰ ਦੀ ਗੱਲ ਹੈ ਲੇਕਿਨ ਚਲੋ ਪਾਰਟੀਆਂ ਦਾ ਆਪਣਾ ਆਪਣਾ ਤਜਰਬਾ ਹੁੰਦਾ ਕੋਈ ਕਹਿੰਦਾ ਜੇ ਅਸੀਂ ਆਹ ਕਰ ਰਹੇ ਆਹ ਕਰ ਰਹੇ ਜੋ ਇਹ ਕਰ ਰਹੇ ਉਹ ਵੀ ਭਲਾ ਜੋ ਅੱਗੋਂ ਜੋ ਉਹਨਾਂ ਨੇ ਕੀਤਾ ਉਹ ਵੀ ਠੀਕ ਹੈ ਲੇਕਿਨ ਜਿਸ ਦਰਜੇ ਤੇ ਵਿਕਾਸ ਹੋਣਾ ਚਾਹੀਦਾ ਸੀ ਉਹ ਦਰਜੇ ਦਾ ਵਿਕਾਸ ਨਹੀਂ ਹੋਇਆ ਜਿਹੜਾ ਇੱਥੋਂ ਸੀਵਰੇਜ ਦਾ ਪਾਣੀ 4-5 ਕਿਲੋਮੀਟਰ ਸਰੰਦ ਚੋਏ ਦੇ ਵਿੱਚ ਜਾ ਪਾਇਆ ਉਹ ਅਕਾਲੀ ਸਰਕਾਰ ਦੇ ਮੌਕੇ ਲਿਜਾ ਕੇ ਕਾਂਗਰਸ ਕਹਿ ਰਹੀ ਹੈ ਜਿੰਨਾ ਵੀ ਚਾਹੇ ਉਹ ਲੋਕਟੈਲ ਦੀ ਗੱਲ ਹੋਵੇ ਗਲੀਆਂ ਨਾਲੇ ਦੀ ਗੱਲ ਹੋਵੇ ਜਾਂ ਸੁੰਦਰੀਕਰਨ ਦੀ ਗੱਲ ਹੋਵੇ ਸਾਰਾ ਕੰਮ ਤਾਂ ਕਾਕਾ ਰਣਦੀਪ ਜੀ ਨੇ ਕੀਤਾ ਸਾਰੇ ਬਾਜ਼ਾਰ 'ਚ ਅਕਾਲੀ ਸਰਕਾਰ ਦੇ ਮੌਕੇ ਲੋਕਟੈਲ ਲੱਗੀ ਆ ਸੀਵਰੇਜ ਸਾਰੇ ਬਾਜ਼ਾਰ 'ਚ ਅਕਾਲੀ ਸਰਕਾਰ ਦੇ ਮੌਕੇ ਪਿਆ ਅਕਾਲੀ ਦਲ ਕਹਿ ਰਿਹਾ ਕਿ ਸਾਰਾ ਕੰਮ ਉਹਨਾਂ ਨੇ ਕਰਵਾਇਆ ਸਰ ਬਹੁਤ ਸਤਿਕਾਰਯੋਗ ਨੇ ਪਹਿਲਾਂ ਤਾਂ ਬਾਪੂ ਵਰਗੇ ਨੇ ਇਹਨਾਂ ਦੇ ਪਿੰਡ ਦੀ ਉਹ ਗੱਲ ਸੁਣ ਲਓ ਜੀ ਗੁਰਦੁਆਰਾ ਸਾਹਿਬ ਦੇ ਮੂਹਰੇ ਇੱਕ ਗੰਦਾ ਚੱਪੜ ਸੀਗਾ ਜੀ ਉਹਦੇ ਜਦੋਂ ਗੁਰਦੁਆਰੇ ਸਾਹਿਬ ਜਾਂਦੇ ਸੀਗੇ ਉਹਦਾ ਪਾਣੀ ਜਦੋਂ ਬਾਰਿਸ਼ ਹੁੰਦੀ ਸੀ ਇਹਦੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਜਾਂਦਾ ਸੀਗਾ ਉਹਨੂੰ ਬੰਦ ਕਰਕੇ ਉੱਥੇ ਸੁੰਦਰ ਪਾਰਕ ਓਪਨ ਜਿਮ ਲਾ ਕੇ ਕਾਂਗਰਸੀ ਸਰਪੰਚ ਨੇ ਕਾਕਾ ਰਣਦੀਪ ਜੀ ਦੀ ਅਗਵਾਈ 'ਚ ਬਣਾਇਆ ਆਰੋਪ ਲੱਗ ਰਹੇ ਨੇ ਪਰ ਆ ਰਿਹਾ ਮੈਂ ਦੁਬਾਰਾ ਆ ਰਿਹਾ ਔਰ ਕਹਿ ਰਹੇ ਨੇ ਕਿ ਜਿੰਨੇ ਵਿਕਾਸ ਹੋਏ ਨੇ ਕੱਲਾ ਕੱਲਾ ਉਹਨਾਂ ਨੇ ਦਿਖਾਇਆ ਕਿਹੜੇ ਕਿਹੜੇ ਪ੍ਰੋਜੈਕਟ ਆਏ ਨੇ ਔਰ ਕੂੜੇ ਚੱਕਣ ਤੱਕ ਦੇ ਲਈ ਜਿਹੜਾ ਸਾਧਨ ਸੀ ਉਹ ਵੀ ਲਿਆਂਦੇ ਪਿਛਲੇ ਟਰਮ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਹ ਵੀ ਕਰੋੜਾਂ ਦੇ ਬਜਟਾਂ ਦਾ ਇਹੀ ਗੱਲਾਂ ਕਰਦੇ ਰਹੇ 5 ਸਾਲ ਤੋਂ ਕਾਕਾ ਜੀ ਉਹਦੀ ਟੀਮ ਵੀ ਇਹੀ ਗੱਲ ਕਰੀ ਜਾਂਦੀ ਹੈ ਤੁਸੀਂ ਗੋਬਿੰਦਗੜ੍ਹ ਦੀ ਕੋਈ ਵੀ ਗਲੀ ਰੋਡ ਜਾ ਕੇ ਦੇਖ ਲਓ ਕੋਈ ਵੀ ਫੋਕਲਵਾੜ ਦਾ ਦੇਖ ਲਓ ਕੋਈ ਮਿਲੇ ਦੀ ਇੰਡਸਟਰੀ ਰੋਡ ਦੇਖ ਲਓ ਸਾਰੇ 5 ਸਾਲਾਂ ਕਿਤੇ ਇੱਟ ਨਹੀਂ ਲੱਗੀ ਕਿਤੇ ਕੁਛ ਨਹੀਂ ਹੋਇਆ ਜਿੰਨੇ ਇਹ ਟੈਂਡਰਾਂ ਦੀ ਗੱਲ ਕਰਦੇ ਆ ਟੋਟਲੀ ਇਹ ਫਰੋਡ ਹੈ ਕੰਮ ਇਹਨਾਂ ਦਾ ਬਿਜਲੀ ਹਸਪੀਟਲ ਰੋਡਸ ਜਾਂ ਸਕੂਲਸ ਸਾਡੇ ਪ੍ਰਾਈਵੇਟ ਸਕੂਲ ਤਾਂ ਬਹੁਤ ਇੱਥੇ ਅਰਮਾਰ ਪਏ ਦੇ ਆ ਸਰਕਾਰੀ ਸਕੂਲ ਸਾਰੇ ਬੰਦ ਪਏ ਆ ਜਿਨ੍ਹਾਂ 'ਚ ਸਟੂਡੈਂਟ ਹੈ ਨਹੀਂ ਜੇ ਸੜਕਾਂ ਦੀ ਗੱਲ ਤੁਸੀਂ ਆਪ 'ਚ ਗੋਬਿੰਦਗੜ੍ਹ ਜਾ ਕੇ ਦੇਖ ਲਓ ਅਮਲੋਹ ਰੋਡ ਜਿਹੜੀ ਗੱਲ ਕਰਦੇ ਆ ਇੱਥੇ ਡੇਲੀ ਐਕਸੀਡੈਂਟ ਦਾ ਮਤਲਬ ਪਤਾ ਨਹੀਂ ਕਿੰਨੇ ਬੰਦੇ ਮਰ ਚੁੱਕੇ ਆ ਸਾਡੇ ਇਹ 5 ਸਾਲਾਂ 'ਚ ਇਹਨਾਂ ਦੇ ਰਾਜ 'ਚ ਤੀਜੀ ਗੱਲ ਕੋਈ ਵੀ ਹਸਪੀਟਲ ਦੀ ਗੱਲ ਕਰੋ ਅਮਲੋਹ ਸ਼ਹਿਰ 'ਚ ਖੜੇ ਆਪਾਂ ਇੱਥੇ ਜਾ ਕੇ ਦੇਖੋ ਐਕਸਰੇ ਮਸ਼ੀਨ ਨਹੀਂ ਹੈਗੀ
सेहत प्रबंध नूं लैके सवाल खड़े कर रहे ने, कह रहे ने कि सेहत प्रबंध और हॉस्पिटल की गल कर रहे ने, उन्ने वधिया प्रबंध नहीं हैगे। और इत्थे अपने ना जी पहला कॉमन सीगा CHC सीगा, ये अपना हॉस्पिटल सब डिवीजनल हॉस्पिटल हो गया अपग्रेड, इहदे विच जल्दी ही सारा मशीनरी करन लग जाएगा, जिस विच एक्सरे मशीनां वगैरह सारा कुछ आ जाणगियां ते अपग्रेड हो जाएगा। ये सारी ग्रांट पास हो चुकी आ, ना कि यह इहदा अपग्रेडेशन हो चुकी है हॉस्पिटल दी, ऑलरेडी बस काम शुरू हो चुके ने। विरोधी फिर क्यों कह रहे ने भी कुछ नहीं कीता? ये पुरानियां गल्लां करदे आ जी, जिहड़ा काका जी दे टाइम च सारे काम हो चुके ने, ये सारे हुण जल्दी ही मिल जाणे ने, ये सारियां सहूलतां अवेलेबल विद इन 1-2 months च हो जाणियां ने। देखो कहण नाल कुछ नहीं होना जी, पिंडां दे विच तुहानूं 72 पार्क दिखणगे जी, 41 कच्चे रस्ते जिहड़े कि पिंडां दे रोडां नूं इक दूजे रोडां नाल जोड़दे सीगे जी, 41 रस्ते बन रहे ने जी, ते 3 सड़कां जी 8 फुटियां हो गईयां जी, 5 होर हो रहीयां ने, 16 करोड़ दी नाल 3 हो गईयां जी। जिहड़ा सब तों वध साडे पिंडां नूं जी गन्ना मिल पैंदी आ जी, गन्ना मिल नूं जी जिहड़ा अपना सारा एरिया किसान लंघ के आउंदे सीगे जी रतनपालो खन्ना साइड तों जी, ओह जिहड़ी इक कलाहे तों आ रही आ जी सड़क, जिहड़ी कि 12 फुट चौड़ी सीगी, तुसीं खुंबणा मिल तों उत्थे जिहड़ा मेन रोड मलेरकोट वाला रोड आ उहदे तक जा के देखो 18 फुट दी सड़क हो गई जी। आपू जी तुसीं वी एलीगेशन लगा रहे सी, कहिंदे काम बोलदे ने जी, काम बोलदे ने, आ सड़क देख लो गोडे गोडे टोए पए होए ने, आ सड़क दे विच किन्नी डिवेलपमेंट करी है इहनां ने, किन्ने काम करे ने इहनां ने, ਇਕਣੇ ਪਿੰਡਾਂ 'ਚ ਸੜਕਾਂ ਪੱਟੀਆਂ ਪਈਆਂ ਨੇ, ਕੋਈ ਹਲੇ ਕੋਈ ਬਣੀ ਨਹੀਂ। ਤੁਹਾਡੇ ਘਰ ਦੇ ਕਹਿੰਦੇ ਨੇ ਤੁਹਾਡੇ ਪਿੰਡ ਦੇ ਗੁਰਦੁਆਰੇ ਮੂਹਰੇ ਛੱਪੜ ਸੀਗਾ, ਉਹ ਉੱਥੇ ਪਾਰਕ ਬਣਾਇਆ। ਬਿਲਕੁਲ ਬਣਾਇਆ, ਲੇਕਿਨ 20 ਲੱਖ ਰੁਪਇਆ ਦਿੱਤਾ ਕਿੰਨੇ ਸੀ? ਬਾਦਲ ਸਾਹਿਬ ਦੇ ਕੇ ਗਏ ਸੀ ਕਾਂਗਰਸ ਸੀ। ਹੁਣ ਦੀ ਗੱਲ ਕਰ ਬਾਬ ਜਦੋਂ ਹੁਣ ਬਣਾਇਆ ਉਹਦਾ ਪੈਸਾ ਤੇ ਉੱਥੋਂ ਉਹੀ ਲੱਗਾ, ਹੋਰ ਕਿਹੜਾ ਉਹ ਪੈਸਾ ਲੱਗਾ ਹੀ ਨਹੀਂ ਕਿਤੇ, ਉਹ ਹੋਰ ਕਿੱਥੋਂ ਲਾ ਰਹੇ? ਕਹਿਣ ਤੋਂ ਭਾਵ ਵੀਰੇ ਇਹ ਆਪ ਮੰਨ ਰਹੇ ਨੇ ਵੀ ਵਿਕਾਸ ਹੋਇਆ ਨਾ, ਪੈਸਿਆਂ ਦਾ ਜਿਹੜਾ ਹਿਸਾਬ ਤਾਬ ਆ ਉਹ ਦੇਖਿਆ ਜਾਊਗਾ ਵੀਰੇ। ਇਕੱਲੇ ਪਿੰਡ ਦੇ ਵਿੱਚ 72 ਪਿੰਡਾਂ 'ਚ ਜਾ ਕੇ ਦੇਖੋ, ਅਮਲੋ 'ਚ ਪਹਿਲੀ ਵਾਰੀ ITI ਆਈ ਹੈ ਹਨਾ, ਜੋ ਵਿਕਾਸ ਹੋਏ ਨੇ ਅਸੀਂ ਉਹਨਾਂ ਦੀ ਡਿਵੈਲਪਮੈਂਟ ਦੇ ਉੱਤੇ ਇਲੈਕਸ਼ਨ ਲੜਾਂਗੇ। ਬਜਟ ਦੇ ਇੰਨੇ ਪੈਸੇ ਲਓ, ਕੋਈ ਬਸ ਆਈ ਹੁਣ ਤੱਕ? ਇੰਨੇ ਪੈਸੇ ਲਾ ਕੇ ਸਾਧਾ ਨੇ ਇਹ ਰਿਸ਼ਵਤ, ਕੋਈ ਬਸ ਨਹੀਂ ਆਈ ਹੁਣ ਤੱਕ। ਜਿਹੜਾ ਕਾਕਾ ਰਣਦੀਪ ਹੈ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਂ ਸਰਪੰਚਾਂ ਦੇ ਪਰਚੇ ਰੱਦ ਕਰਾ ਕੇ ਇਹਨੇ ਰੁਪਈਆ ਬਣਾਇਆ ਬਹੁਤ ਜ਼ਿਆਦਾ, ਠੀਕ ਹੈ? ਮੈਂ ਪਰੂਫ ਹੈ ਮੇਰੇ ਪਰਚੇ ਰੱਦ ਕਰਾਏ ਨੇ। ਆਰੋਪ ਲੱਗ ਰਹੇ ਨੇ, ਮੈਂ ਸਾਰੇ ਗੱਲ ਕਰਦਾ, ਲੜਕੇ ਹਾਰੇ ਨੇ, ਕੋਈ ਪੈਸਾ ਨਹੀਂ ਲਿਆ। ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਹੋਈ ਆ, ਸਾਰੇ ਪਿੰਡਾਂ ਚੋਂ ਹੋਰ ਲੋਕਾਂ ਦੇ ਸਰਪੰਚ ਵੀ ਉੱਤੇ ਨੇ, ਹੋਰ ਪਾਰਟੀਆਂ ਸਰਪੰਚ ਵੀ ਉੱਤੇ ਨੇ, ਹੋਰ ਕਿਹੜੇ ਅਕਾਲੀ ਦਲ ਦੇ ਸਰਪੰਚ ਨੇ ਉਹਨਾਂ ਨੂੰ ਪੈਸੇ ਭੇਜ ਦਿੰਦੇ ਰਿਹਾ। ਮੈਂ ਬਲਾਕ ਸਮਿਤੀ ਮੈਂਬਰ ਹਾਂ, ਅਸੀਂ ਅਕਾਲੀ ਦਲ ਦੇ ਸਰਪੰਚਾਂ ਨੂੰ ਬਰਾਬਰ ਪੈਸੇ ਦਿੰਦੇ ਰਿਹਾ। ਕਿਸੇ ਨੇ ਵੀ ਪਰਸਨਲ ਨਹੀਂ ਹੋਣਾ, ਸਿਰਫ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਆ, ਇੱਥੇ ਸਿਰਫ ਗੱਲ ਹੋ ਰਹੀ ਆ ਹਲਕੇ ਦੇ ਵਿਕਾਸ ਦੀ, ਆਪਾਂ ਲੜਨ ਨਹੀਂ ਆਏ। ਤੁਸੀਂ ਦੱਸੋ, ਉਹ ਕਹਿ ਰਹੇ ਨੇ ਕਿ ਤੁਹਾਡੇ ਕੋਲ ਕੋਈ ਆਮ ਆਦਮੀ ਪਾਰਟੀ ਸਿਰਫ ਗੱਲਾਂ ਕਰ ਰਿਹਾ, ਕੋਈ ਸਬੂਤ ਨਹੀਂ ਹੈਗਾ। ਇਹ ਦੇਖੋ ਜੀ, ਇਹ ਮਾਲੋਵਾਲ ਦਾ ਸਬੂਤ ਹੈਗਾ, ਉਹ ਕਾਕੇ ਰਣਦੀਪ ਨੇ ਪਰਚਾ ਦਰਜ ਕਰਵਾਇਆ ਹੈਗਾ। ਸਿਰਫ ਕੀ ਹੋਇਆ ਸੀ, ਬਿਜਲੀ ਦੀਆਂ ਤਾਰਾਂ ਉੱਤੇ 3-4 ਦਰਖਤ ਗਿਰੇ ਸੀ, 3 ਪਿੰਡਾਂ ਦੀ ਲਾਈਟ ਚਲੇ ਗਈ। ਆ ਜਈ ਨੇ ਤੇ ਬਿਜਲੀ ਮੁਲਾਜ਼ਮਾਂ ਨੇ ਲਿਖ ਕੇ ਦਿੱਤਾ ਹੋਇਆ, ਉਹ ਬੰਦੇ ਤੇ ਝੂਠਾ ਪਰਚਾ ਕਰਾਇਆ ਥਾਣੇ ਵਾਲਿਆਂ ਨੂੰ, ਉਹ ਬੰਦੇ ਤੇ ਕਿਹਾ ਵੀ ਡਾਕਟਰ ਸਾਡੇ ਦੇ ਕਾਕੇ ਰੜ ਦੇ ਬਹਿ ਤੇ ਵੀ ਹੋਇਆ। ਆ ਪ੍ਰੂਫ ਪਏ ਨੇ, ਮੈਂ ਸਾਰਾ ਦਿੰਦਾ, ਆ ਸਾਰੇ ਪ੍ਰੂਫ ਨੇ ਜੀ ਕੋਰਟ ਦੇ ਵਿੱਚ। ਇਹ ਕਹਿੰਦੇ ਵਿਕਾਸ ਹੋਇਆ ਜੀ, ਵਿਕਾਸ ਕੋਈ ਨਹੀਂ ਹੋਇਆ। ਮੇਰਾ ਪਿੰਡ ਹਿੰਮਤਗੜ੍ਹ ਛੰਨਾ, ਜਾ ਕੇ ਦੇਖ ਲਓ, ਟੋਭਾ ਭਰਿਆ ਪਿਆ, ਖੇਤਾਂ 'ਚ ਪਾਣੀ ਪੈਂਦਾ, ਜੱਟਾਂ ਨੇ ਅਸੀਂ ਆਪ ਖੁਦ ਮਿੱਟੀ ਲਾ ਕੇ ਪਾਣੀ ਰੋਕਿਆ, ਪਾਣੀ ਕਣਕਾਂ 'ਚ ਪਾਣੀ ਪੈਂਦਾ, ਟੋਭਾ ਭਰਿਆ ਪਿਆ। ਫਿਰ ਜਿਹੜੀ ਮੇਰੇ ਪਿੰਡ ਪਾਰਕ ਬਣਾਈ ਇਹਨਾਂ ਨੇ, ਕਿਹੜੇ ਪਿੰਡ? ਹਿੰਮਤਗੜ੍ਹ ਛੰਨਾ ਪਿੰਡ ਹੈ ਮੇਰਾ, ਇੱਥੇ ਬੰਦਾ ਮੇਰੇ ਪਿੰਡ ਆਪ ਖੜਾ ਹੋਣਾ, ਇੱਥੇ ਕਮਲੇ ਮੁੰਡਾ ਜਿਹੜੀ ਉੱਥੇ ਪਾਰਕ ਬਣਾਈ ਹੈ, ਪਾਰਕ ਪਿੰਡ ਤੋਂ ਦੂਰ ਬਣਾਈ ਹੈ, ਪਾਰਕ ਦੇ ਨਾਲ ਹੱਡਾ ਰੋੜੀ ਹੈ, ਸਾਹਮਣੇ ਦਾਰੂ ਦਾ ਠੇਕਾ ਹਾਤਾ ਚੱਲਦਾ ਹੈ, ਹਾਂ ਉੱਥੇ ਦਾਰੂ ਠੇਕਾ ਚੱਲਦਾ ਹੈ, ਤੇ ਜਿਹੜਾ ਪਾਰਕ 'ਚ ਬੱਚਾ ਗਿਆ ਹੱਡਾ ਰੋੜ ਦਿਆ, ਕੁੱਤਾ ਖਾ ਗਿਆ, ਕੌਣ ਜ਼ਿੰਮੇਵਾਰ ਹੈ? ਰੁਪਈਆ ਇੰਨਾ ਬਰਬਾਦ ਕੀਤਾ, 1 ਰੁਪਈਆ ਨਹੀਂ ਸਹੀ ਲੱਗਾ ਜੀ ਉੱਥੇ। ਅਸੀਂ ਆਪ ਵਾਲਿਆਂ ਨੂੰ ਇਹ ਕਹਿ ਰਹੇ ਹਾਂ ਕਿ ਇਹਨਾਂ ਕੋਲੋਂ ਜੋ ਸਾਡੇ ਕਾਂਗਰਸ ਪਾਰਟੀ ਨੇ ਵਿਕਾਸ ਕੀਤਾ ਹੈ ਉਹ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ, ਉਹ ਇਹਨਾਂ ਕੋਲ ਹਜ਼ਮ ਨਹੀਂ ਹੋ ਰਿਹਾ। ਉਹਦੇ ਤੇ ਬਲੇਮ ਲਾ ਰਹੇ ਨੇ ਕਿ ਉੱਥੇ ਠੇਕੇ ਨੇ ਜੀ, ਉੱਥੇ ਹੱਡਾਂ ਰੋੜੀਆਂ ਨੇ, ਉਹ ਕਿੰਨਾਂ ਨੇ ਬਣਾਈਆਂ ਹੋਈਆਂ ਨੇ? ਠੇਕੇ ਇਹਨਾਂ ਦੇ ਖੁਦੇ ਨੇ, ਹੱਡਾਂ ਰੋੜੀਆਂ ਵੀ ਇਹਨਾਂ ਦੇ ਖੁਦੇ ਨੇ। ਸਾਡੇ ਤਾਂ MLA ਸਾਹਿਬ ਨੇ ਪਾਰਕ ਬਣਾ ਕੇ ਇਹਨਾਂ ਨੂੰ ਦਿੱਖ ਵਧੀਆ ਦਿੱਤੀ ਹੈ, ਇਹਨਾਂ ਨੇ ਡਿਵੈਲਪਮੈਂਟ ਕੀਤੀ ਹੈ, ਉੱਥੇ ਇਹਨਾਂ ਦੇ ਪਿੰਡ ਦਾ ਸਾਰਾ ਗੰਦ ਚੁੱਕਿਆ। ਮੈਂ ਖੁਦ ਉਸ ਪਿੰਡ ਦੀ ਹਾਂ ਜਿਸ ਪਿੰਡ ਦੀ ਬੰਦਾ ਗੱਲ ਕਰ ਰਿਹਾ ਹੈਗਾ ਹੈ, ਇਹਨਾਂ ਕੋਲੋਂ ਉਹ ਡਿਵੈਲਪਮੈਂਟ ਜਿਹੜੀ ਉਹ ਜਰੀ ਨਹੀਂ ਗਈ। ਉਹ ਕਹਿ ਰਹੇ ਨੇ, ਕਾਂਗਰਸ ਵਾਲੇ ਕਹਿ ਰਹੇ ਨੇ ਕਿ ਕਰੋੜਾਂ ਰੁਪਏ ਦੀ ਵਿਕਾਸਾਂ ਦੀ ਜਿਹੜੀ ਤੁਹਾਨੂੰ ਬੋਲ ਕੇ ਬਕਾਇਦਾ ਔਨ ਰਿਕਾਰਡ ਹੈ ਜਿਹੜੀ ਉਹ ਗੱਲ ਕਰੀ ਹੈ,
वो कहने भी कुछ भी ऐसा काम ना होया हो सारे काम हुए ने। मैं एक गल कहनी चाहना जी ओवरब्रिज की गल करते हैं, कहते एस डी एम साहब के खाते 8 करोड़ रुपया पे है, तो जिन्हों की जमीन अक्वायर करनी है जब उन्होंने पैसे ही नहीं मिले तो किमें उद्घाटन हो रहा है, किमें कह रहे हैं अभी ओवरब्रिज शुरू कराता, हजे तक जमीन वालों को पैसे नहीं मिले, एक भी बंदे के खाते च पैसे नहीं गए, ये कह रहे हैं भी अभी ओवरब्रिज शुरू कराता, किमें हो सकता जब जमीन तो अक्वायर नहीं हुई हैगी, कोई निशानदेही नहीं हुई है उत्थे, कोई वो सीवरेज जोड़ा पै रहा नॉर्मल प्रोसैस च पै रहा, वो कोई ओवरब्रिज वास्ते नहीं पै रहा, ओवरब्रिज की जिदी जमीन अक्वायर होनी है वो खाते च पंजी नहीं गई, यदा जवाब देन भी ये किमें कह रहे हैं। पूरी रिश्वतखोरी मलोह हलके दे विच चल रही है, एक कोई भी कोई एमसी कोई किसी किस्म का कोई भी इन्होंने नुमाइंदा बिना पैसे तो काम नहीं हो रहा, गलिया नालिया तक असि सीमित रह गए, नगर प्रधान ने कह रहे ने तुसी प्रधान हो कह रहे ने कि रिश्वत तो बिना कोई भी काम नहीं हो रहा। मैं ना मैडम ने जेडे इल्जाम लाए ने खंडन करदा, क्योंकि एक भी साबित कर देन भी साडी नगर कौंसल दे विच कोई बंदा पैसे मंगदा रिश्वत मंगदा, सारे जेडे काम ने प्योरिटी दे आधार ते किते जा रहे ने, जेडे 99% गलियां बन चुके ने, 2-4% गलियां रहिंदियां ने, आने वाले 10 दिनां विच कंप्लीट कर दित्तियां जाणगियां इलैक्शन तो पहला, साडा जेडा मेन मुद्दा विकास रहूगा, असी काका जी विकास हले पहल आधार से होगा आने वाले समय च देखो साढ़े तकरीबन सारे ही काम कंप्लीट हो चुके हैं, सिर्फ एस टी पी है जिहड़ा सीवरेज ट्रीटमेंट प्लांट का वो चालू हो चुका है, तो एक जी साडी उरे तहसील ब्लॉक बन रहा है वह भी 4-5 महीने के कंप्लीट हो जाऊगा, तो जिहड़ी कोई माड़ी मोटी कितें जिहड़ा अकाली दल सरकार वेले हैलो जिहड़ा अकाली दल सरकार वेले सीवर छोटा पाया सी बाजार दे विच इन्हां ने जिहदे करके पानी की दिक्कत कई बार आ जाती है बरसाती मौसम, साडा जिहड़ा अगला एम होगा वो जिहड़े सीवर दा वड्डे पाइप पाए जाणगे, क्योंकि वो सिर्फ जदों अकाली दल की सरकार सी उन्हां ने छोटे छोटे पाइप पाते जिहदी सानू हुण तक दिक्कत आ रही है जिहदे करके बरसात दे विच शहर च पानी खड़ जांदा, पर साडी सरकार बणते असीं उस सीवर नूं पट के दुबारा वड्डे पद्धर ते पावांगे तां कि आने वाले समय च किसी नूं कोई पानी की दिक्कत ना आवे शहर नूं। तुसीं दस्सो हलके दा किहड़ा मुकामा जिहड़ा पहल होना चाहिए सी नहीं होया? देखो जिमीदारां नूं आलू की फसल आ जिहड़ी वह बहुत नुकसान हो चुकिया, ਤਾਂ ਕਰਕੇ ਸਰਕਾਰ ਨੇ ਕਿਹਾ ਗਦਾਵਰੀ ਕਰਵਾ ਕੇ 1 ਰੁਪਈਆ ਕਿਸੇ ਜ਼ਿਮੀਦਾਰ ਨੂੰ ਮਿਲਿਆ ਹੋਵੇ, ਹੁਣ ਫਿਰ ਮੀਂਹ ਪੈ ਰਿਹਾ, ਜਿਹੜੀ ਇਹ ਵਿਕਾਸ ਦੀ ਗੱਲ ਕਰਦੇ ਨੇ ਆਹ ਸੜਕ ਤੇ ਹੁਣ 2.5 ਕਰੋੜ ਦਾ ਟੈਂਡਰ ਹੋ ਕੇ ਪੰਚ ਵਰਕ ਲੱਗੇ ਨੇ ਸਿਰੇ, ਕਹਿ ਰਿਹਾ ਕਿ ਟੋਲ ਸੜਕ ਹੈ ਔਰ ਹਾਈਵੇ ਹੈ ਇਹ ਉਹਨਾਂ ਦੇ ਥਰੂ ਸਾਰਾ ਕੰਮ ਹੋਣਾ, ਉਹਨਾਂ ਦੇ ਥਰੂ ਤਾਂ ਹੋਣਾ, ਫਿਰ ਪੰਚ ਵਰਕ ਜਿਹੜਾ ਲੱਗਾ ਐਮਐਲਏ ਦਾ ਫਰਜ਼ ਬਣਦਾ ਉਹ ਸਾਰੀ ਟੁੱਟ ਗਈ, ਪੈਸਾ ਤਾਂ ਪਬਲਿਕ ਦਾ, ਕਹਿ ਰਹੇ ਨੇ ਕਿ ਸਾਰਾ ਕੰਮ ਚੱਲ ਰਿਹਾ ਟੈਂਡਰ ਲੱਗੇ ਹੋਏ ਨੇ, 2 ਕਰੋੜ ਰੁਪਇਆ ਖਰਚ ਵੀ ਕਰਤਾ ਟੋਲ ਰੋਡ ਤੇ ਸਰਕਾਰੀ ਖਜ਼ਾਨੇ ਚੋਂ, ਟੋਲ ਦੀ ਰੋਡ ਹੈ ਆਪਣੇ ਦੱਸ ਰਹੇ ਆਪਣੇ ਮਹਿਕਮੇ ਚੋਂ ਖਰਚ ਕੀਤਾ ਇਹਨਾਂ ਨੇ, ਉਹ ਫੇਰ ਵੀ ਨਹੀਂ ਬਣੀ, 2 ਕਰੋੜ 60 ਲੱਖ ਵੀ ਖਾ ਗਏ ਜਿਹੜਾ ਇਹ ਕਹਿੰਦੇ ਨੇ ਵੀ ਕੰਮ ਕੰਪਲੀਟ ਹੋਇਆ, ਕੰਮ ਬਾਰਿਸ਼ਾਂ ਕਰਕੇ ਕੋਈ ਕੰਪਲੀਟ ਨਹੀਂ ਹੋਇਆ, ਕੰਮ ਇਨ ਪ੍ਰੋਗਰੈਸ ਹੈ, ਤੇ ਦੂਜੀ ਗੱਲ ਜਿਹੜੀ ਅਕਾਲੀ ਦਲ ਇਹ ਕਹਿ ਰਹੀ ਆ ਵੀ ਅਸੀਂ ਡਿਵੈਲਪਮੈਂਟ ਕੀਤੀ ਆ, ਜੇ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ ਤਾਂ ਅੱਜ ਤੱਕ ਵੋਟ ਕਾਂਗਰਸ ਤੋਂ ਵੱਧ ਕਿਉਂ ਨਹੀਂ ਨਿਕਲੀ ਉਹਨਾਂ ਨੂੰ ਉੱਥੋਂ, ਜਿਹੜੀਆਂ ਸਾਡੀਆਂ ਐਮਸੀ ਇਲੈਕਸ਼ਨ ਦੇ ਵਿੱਚ ਜਾਂ ਹੋਰ ਇਹ ਕੂੜ ਪ੍ਰਚਾਰ ਕਰ ਰਹੇ ਨੇ ਵੀਰੇ, ਹਾਈ ਕੋਰਟ 3 ਦਿਨ ਕੇਸ ਚੱਲਦਾ ਰਿਹਾ, ਹਾਈ ਕੋਰਟ ਨੇ ਉਹ ਲੋਕਾਂ ਦੇ ਕਾਗਜ਼ ਰੱਦ ਕਰੇ ਜਿਨ੍ਹਾਂ ਨੇ ਕਲੋਨੀਆਂ ਕੱਟ ਕੇ ਅੱਜ ਤੱਕ ਗਵਰਨਮੈਂਟ ਨੂੰ ਟੈਕਸ ਨਹੀਂ ਦਿੱਤਾ, ਉਹ ਅਕਾਲੀ ਲੀਡਰ ਦੀ, ਉਹ ਆਮ ਆਦਮੀ ਵਾਲੇ ਦੀ, ਈਵਨ ਵਿੱਚ 2 ਕਾਂਗਰਸ ਵਾਲੇ ਵੀ ਸੀ, ਸੋ ਝੂਠਾ ਪ੍ਰਚਾਰ ਨਾ ਕਰੋ, ਮੁੱਦਿਆਂ ਦੇ ਉੱਤੇ ਗੱਲ ਕਰੋ। ਰੈਸਟੋਰੈਂਟ ਦੇ ਮੈਨਿਊ ਕਾਰਡ ਵਾਂਗੂ ਨਾ ਪ੍ਰਾਈਸ ਲਾ ਕੇ ਰੇਟ ਲਾ ਕੇ ਐਮਸੀ ਬਣਦਾ, ਸਰਪੰਚ ਬਣਦਾ, ਪੰਚ ਬਣਦਾ, ਆਹ ਰੇਟ ਲੱਗਿਆ 15 ਲੱਖ ਰੁਪਏ ਚ ਐਮਸੀ ਬਣੇ ਆ, ਆਜ਼ਾਦ ਵੀ ਬਣੇ ਆ, ਇੰਡੀਪੈਂਡੈਂਟ ਵੀ ਬਣੇ ਆ, ਕਾਂਗਰਸ ਦੇ ਅਕਾਲੀ ਦਲ ਦੇ ਵੀ ਬਣੇ ਆ, ਉਹ ਰੇਟ ਵੋਟ ਤਾਂ ਲੋਕ ਪਾਉਂਦੇ ਨੇ ਆਮ, ਕਾਗਜ਼ ਰੱਦ ਹੋਏ ਆ ਜੀ, ਵੋਟ ਤਾਂ ਪੈ ਨਹੀਂ ਦਿੱਤੀ। ਹਾਂਜੀ ਹਾਂ, ਤੁਸੀਂ ਪ੍ਰਧਾਨ ਹੋ ਕਹਿ ਰਹੇ ਨੇ ਕਾਗਜ਼ ਰੱਦ ਹੋਣ ਦੀ ਸ਼ੱਕ ਹੋਇਆ, ਮੈਂ ਐਮਸੀ ਦੀ ਉਰੋਂ ਵੋਟ ਲੜੇ ਆ, ਅਮਲੋਤ ਹੈ 1 ਵੋਟ ਤੋਂ ਹਾਰਿਆ, ਕਾਂਗਰਸ ਪਾਰਟੀ ਤੋਂ ਬਿਲਕੁਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ। ਉਹ ਕਹਿ ਰਹੇ ਨੇ, ਤੁਸੀਂ ਕਹਿ ਰਹੇ ਸੀ ਵੀ ਧਾਂਦਲੀ ਹੋਈ ਹੈ, ਉਹ ਕਹਿ ਰਹੇ ਨੇ ਕਿ ਉਹਨਾਂ ਦਾ ਕਾਂਗਰਸ ਪਾਰਟੀ ਦਾ ਐਮਸੀ ਸਿਰਫ 1 ਵੋਟ ਤੋਂ ਹਾਰਿਆ, ਜੇ ਇਹੋ ਜਿਹੀ ਗੱਲ ਹੁੰਦੀ ਤਾਂ ਫਿਰ ਉਹ ਕਿਉਂ ਹਰਾਉਂਦੇ? ਭਾਜੀ ਇੱਥੇ ਤਾਂ ਸਮਝ ਲਓ ਅੱਧੀ ਉਹ 1 ਵੋਟ ਤੇ ਕਿਵੇਂ ਹਾਰੇ ਕਾਂਗਰਸ ਐਮੀ ਹੋ ਕੇ, ਹਾਰਿਆ ਨਹੀਂ ਹਾਰਿਆ, ਹਾਰਿਆ ਜਾਂ ਨਹੀਂ ਹਾਰਿਆ, ਪਹਿਲੇ ਸੋ ਸੀਟਾਂ ਵੇਚੀਆਂ, ਤਿੰਨ ਤਿੰਨ ਵਾਰ ਸੀਟਾਂ ਵੇਚੀਆਂ ਹੀ ਨਹੀਂ ਇੱਕੋ ਜਗ੍ਹਾ ਤੇ,
बंदे दे पास करने पैसे अलग लाए मुड़ के हराने पैसे अलग लाए ये सारे शहर नूं पता मंडी नूं पता सारी नूं इन्हां नूं पता जिथे मंडी जिन्हें मर्जी पुछ लियो। दूजी गल अकाली दल भी खड़ा कांग्रेस भी खड़े आ ये विकास के दबाव बहुत तगड़े कर रहे करोड़ों रुपये की फिक्र दसी जाते हैं यह फिक्र नहीं कागजा जी तुहाडे हलके दे रेट होईओगी इत्थे ਬੁੱਗਾ ਕਲਾਂ ਦਾ ਸਾਬਕਾ ਸਰਪੰਚ ਤੇ ਕੱਲ ਈਡੀ ਦੀ ਰੇਟ ਹੋਈ ਹੈ ਇਹਨਾਂ ਦਾ ਸਰਪੰਚ ਸੀਗਾ ਤੇ ਇਹ ਕਹਿੰਦੇ ਨੇ ਨਗਰ ਕੌਂਸਲ ਦੇ ਵਿੱਚ ਅਸੀਂ ਇੱਕ ਵੋਟ ਤੋਂ ਹਾਰੇ ਹਾਂ ਮੰਡੀ ਗੋਬਿੰਦਗੜ ਮੰਡੀ ਗੋਬਿੰਦਗੜ ਨਗਰ ਕੌਂਸਲ ਦੇ ਇਲੈਕਸ਼ਨਾਂ ਦੇ ਵਿੱਚ ਮਰੇ ਹੋਏ ਬੰਦੇ ਦੀਆਂ ਵੋਟਾਂ ਪਈਆਂ ਨੇ ਮਰੇ ਹੋਏ ਬੰਦੇ ਦੀਆਂ ਵੋਟਾਂ ਉਹ ਕਹਿ ਰਹੇ ਨੇ ਕਰਪਸ਼ਨ ਕਰਕੇ ਰੇਟ ਪੈ ਰਹੀ ਹੈ ਰੇਟ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਬਾਈ ਉਹਨਾਂ ਨੇ ਈਡੀ ਰੇਟ ਦੀ ਗੱਲ ਕਰੀ ਆ ਈਡੀ ਦੀਆਂ ਰੇਟਾਂ ਜਿੱਥੇ ਇਲੈਕਸ਼ਨ ਹੁੰਦੀ ਆ ਵਿਰੋਧੀ ਪਾਰਟੀ ਦੇ ਉੱਥੇ ਪੈਂਦੀਆਂ ਨੇ ਬੀਜੇਪੀ ਪਵਾਉਂਦੀ ਆ ਰਣਦੀਪ ਸਿੰਘ ਬੁੱਗੇ ਕੋਲੋਂ ਇਹ ਸਾਬਤ ਕਰੋ ਨਿਕਲਿਆ ਕੀ ਆ ਉਹਦੇ ਕੋਲੋਂ ਨਿਕਲਿਆ ਕੀ ਆ ਰੇਟ ਤਾਂ ਮੇਰੇ ਤੇ ਹੀ ਮਾਰਨ ਮੇਰੇ ਘਰ ਦੀ ਪੁਲਿਸ ਵੀ ਤਲਾਸੀ ਰੇਲਵੇ ਇੱਕ ਮੈਂ ਪੁੱਛਦਾ ਇਹਨਾਂ ਨੂੰ ਮੈਂ ਪੁੱਛਦਾ ਵੀ ਇਹਨਾਂ ਨੇ ਕੀ ਕਰਿਆ ਅਸੀਂ 2017 ਦੇ ਵਿੱਚ ਜਦੋਂ ਇਹਨਾਂ ਦੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਹਨਾਂ ਦੀਆਂ 11,353 ਪੈਨਸ਼ਨਾਂ ਦਿੰਦੇ ਸੀ ਕੋਲੇ 5,96,00,000 ਦੀਆਂ ਜਦੋਂ ਦੀ ਕਾਂਗਰਸ ਸਰਕਾਰ ਬਣੀ 2021 ਚ 17,622 ਬੰਦਿਆਂ ਨੂੰ ਅਸੀਂ ਪੈਨਸ਼ਨਾਂ ਦਿੰਦੇ ਹਾਂ 18,50,00,000 ਰੁਪਏ ਦੀਆਂ ਇਹਦਾ ਫਰਕ ਦੇਖ ਲਓ 3 ਗੁਣਾ ਤੋਂ ਵੱਧ ਅਸੀਂ 3 ਗੁਣਾ ਪੈਨਸ਼ਨ ਵਧਾਈ ਆ ਅਤੇ 3 ਗੁਣਾ ਵੱਧ ਸਰਕਾਰ ਨੇ ਸਹੂਲਤਾਂ ਜੇ ਪੈਨਸ਼ਨਾਂ ਦੇ ਵਿੱਚ ਫਾਰਮਾਂ 'ਚ ਨਰਮਾਈ ਕਰੀਆ ਅਤੇ ਘਟਾਈਆਂ ਨੇ ਉਹਨਾਂ ਦੀਆਂ ਸ਼ਰਤਾਂ ਤਾਂ ਸਾਨੂੰ ਇੰਨੀਆਂ ਲੱਗੀਆਂ ਨੇ ਪਿੰਡਾਂ 'ਚ ਡੇਰਾ ਸੀ ਬ੍ਰੇਕ ਤੋਂ ਬਾਅਦ ਇੱਕ ਫਿਰ ਸਵਾਗਤ ਹੈ ABP ਸਾਂਝਾ ਦੇਖ ਰਹੇ ਦਰਸ਼ਕਾਂ ਦਾ ਅਸੀਂ ਅੱਜ ਪਹੁੰਚੇ ਹੋਏ ਹਾਂ ਹਲਕਾ ਮਲੋਹ ਦੇ ਵਿੱਚ ਬੜੀ ਵਰਕਰਾਂ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਗਰਮ ਜੋਸ਼ੀ ਹੈ ਇੱਕ ਦੂਜੇ ਉੱਪਰ ਆਰੋਪ ਵੀ ਲੱਗ ਰਹੇ ਨੇ ਪਰ ਸੱਤਾ ਧਿਰ ਕਹਿ ਰਹੀ ਹੈ ਕਿ ਜਿੰਨਾ ਵਿਕਾਸ ਕਰੋੜਾਂ ਦਾ ਉਹਨੇ ਕੀਤਾ ਉਹ ਨਹੀਂ ਕੀਤਾ ਗਿਆ ਔਰ ਵਿਰੋਧੀ ਧਿਰ ਦੇ ਕੋਲ ਕੋਈ ਮੁੱਦਾ ਨਹੀਂ ਹੈ ਜੇਕਰ ਕੋਈ ਗੱਲ ਹੈ ਤਾਂ ਉਹ ਸਾਬਤ ਕਰੇ ਤਾਂ ਇੱਥੇ ਵੱਖ ਵੱਖ ਪਾਰਟੀਆਂ ਦੇ ਹਲਕੇ ਦੇ ਲੋਕ ਪਹੁੰਚੇ ਹੋਏ ਨੇ ਤੁਸੀਂ ਕਹਿ ਰਹੇ ਸੀ ਭਾਜੀ ਇੱਕ ਮੇਰੀ ਬੇਨਤੀ ਆ 2017 ਦੇ ਵਿੱਚ ਗੁਰਪ੍ਰੀਤ ਸਿੰਘ ਭੱਟੀ ਉੱਥੇ ਇਲੈਕਸ਼ਨ ਲੜੀ 5 ਸਾਲ ਹੋ ਚੱਲੇ ਮੁੜ ਕੇ ਬੰਦਾ ਨਹੀਂ ਦਿਖਿਆ ਐਮਪੀ ਇਲੈਕਸ਼ਨ ਟਾਈਮ ਪਹਿਲਾਂ ਖਾਲਸਾ ਜੀ ਧਿਰਿੰਦਰ ਸਿੰਘ ਖਾਲਸਾ ਜੀ ਮੁੜ ਕੇ ਸਾਡੇ ਹਲਕੇ 'ਚ ਨਹੀਂ ਆਏ ਜੇ ਆਪਾਂ ਆਮ ਆਦਮੀ ਪਾਰਟੀ ਗੱਲ ਕਰਦੇ ਹਾਂ ਫਿਰ ਦੂਲੋ ਸਾਹਿਬ ਦੇ ਵਿਊਟੀ ਮੈਨੂੰ ਮੁੜ ਕੇ ਉਹ ਨਹੀਂ ਆਏ ਹੈਗੇ ਗੱਲ ਕਰ ਰਹੇ ਕਾਂਗਰਸ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਕਾਕਾ ਜਿੱਤ ਕੇ ਚੰਡੀਗੜ੍ਹ ਜਾ ਕੇ ਬੈਠ ਗਏ ਇੱਕੋ ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੋ ਪਹਿਲੇ 15 ਸਾਲ ਤੋਂ ਇਸ ਹਲਕੇ ਦੇ ਵਿੱਚ ਜਨਰਲ ਕਰਕੇ ਵਿਚਰਦਾ ਰਿਹਾ ਨਹੀਂ ਫਿਰ ਕੀ ਕਾਰਨ ਸੀ ਇੰਨੇ 15 ਸਾਲ ਤੋਂ ਮਿਹਨਤ ਕਰਨ ਦੇ ਬਾਅਦ ਪਿਛਲੀ ਵਾਰ ਉਹ ਨਹੀਂ ਪਿਛਲੀ ਵਾਰ ਕਾਰਨ ਜੋ ਜੀ ਜਿਹੜਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਸੀਗਾ ਉਹਨਾਂ ਨੂੰ ਸਮੇਂ ਕੋਲ 4 ਮਹੀਨੇ ਦਾ ਮਿਲਿਆ ਪਰ 4 ਮਹੀਨੇ ਦੇ ਵਿੱਚ 250 ਕਰੋੜ ਰੁਪਈਆ ਸਾ ਹਲਕੇ ਵਿੱਚ ਲਿਆ ਕੇ ਸੰਗਤ ਦਰਸ਼ਨ ਦਾ ਸਕਿਊਜ਼ ਬਾਨ ਲਾਇਆ ਸਾਨੂੰ ਸਮਾਂ ਘੱਟ ਸੀਗਾ 250 ਕਰੋੜ ਰੁਪਈਆ ਲੱਗਿਆ ਹੁੰਦਾ ਤਾਂ ਫਿਰ ਇਹਨਾਂ ਦਾ ਕਰਨ ਦਾ ਕੰਮ ਰਹਿਣਾ ਨਹੀਂ ਸੀ ਬਿਲਕੁਲ ਨਹੀਂ ਜੀ ਕੋਈ ਕੰਮ ਛੱਡਿਆ ਨਹੀਂ ਜੀ ਪਹਿਲਾਂ ਬਈ ਨਰਕ ਭਰੀ ਜ਼ਿੰਦਗੀ ਮਲੋਹ ਦੇ ਲੋਕ ਜੋੜੇ ਸੀਗੇ ਪੂਰੇ ਬਿਲਕੁਲ ਅਕਾਲੀ ਦਲ ਕਹਿ ਰਿਹਾ ਕਿ 250 ਕਰੋੜ ਰੁਪਈਆ ਉਹ 10 ਸਾਲਾਂ ਵਿੱਚ ਆਇਆ ਸੀਗਾ ਕਾਂਗਰਸ ਕਹਿ ਰਹੀ ਹੈ ਪਿਛਲੇ 5 ਸਾਲਾਂ ਵਿੱਚ ਕਰੋੜ ਰੁਪਏ ਅਸੀਂ ਲਿਆ ਤਾ ਆਮ ਆਦਮੀ ਪਾਰਟੀ ਕੋਲ ਕੁਝ ਨਹੀਂ ਹੈਗਾ ਸਿਰਫ ਗੱਲਾਂ ਹੀ ਕਰ ਰਹੇ ਨੇ ਸਾਡੇ ਕੋਲੇ ਪਹਿਲੀ ਗੱਲ ਇਮਾਨਦਾਰੀ ਹੈ ਸਾਨੂੰ ਮੌਕਾ ਮਿਲੂਗਾ ਅਸੀਂ ਉਹ ਕੰਮ ਕਰਕੇ ਦਿਖਾਵਾਂਗੇ ਜਿਹੜੇ ਇਹ ਦੋਨੇ ਪਾਰਟੀਆਂ ਤੋਂ ਪਿਛਲੇ 75 ਸਾਲਾਂ 'ਚ ਨਹੀਂ ਹੋਏ ਇਹਨਾਂ ਨੇ ਕਰਪਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਈਡੀ ਨੇ ਬੁੱਗੇ ਦੇ ਸਰਪੰਚ ਦੇ ਜੋ ਕਿ ਕਾਕਾ ਜੀ ਦੇ ਬਹੁਤ ਖਾਸ ਨੇ ਪਰਸੋਂ ਰੇਡ ਕਰਕੇ ਉਹਦੇ ਤੋਂ ਮਾਈਨਿੰਗ ਦੇ ਇਲਜ਼ਾਮ ਲੱਗੇ ਨੇ ਸੋ ਲਗਾਤਾਰ ਜਿਹੜੀ ਕਾਂਗਰਸ ਤੁਸੀਂ ਦੇਖ ਰਹੇ ਹੋ ਹਰ ਪਾਸਿਓਂ ਮਾਈਨਿੰਗ ਦੇ ਉੱਚ ਘਿਰੀ ਹੋਈ ਹੈ ਜਿਹੜੇ ਕਹਿੰਦੇ ਸੀ ਦੂਸਰੀ ਕਾਂਗਰਸ ਕਹਿ ਰਹੀ ਹੈ ਕਿ ਹਰ ਵਾਰੀ ਜਿਹੜਾ ਆਮ ਆਦਮੀ ਪਾਰਟੀ ਤੋਂ ਨਵਾਂ ਚਿਹਰਾ ਆਉਂਦਾ ਉਸ ਤੋਂ ਬਾਅਦ ਹਲਕੇ 'ਚ ਲੱਭਦਾ ਨਹੀਂ ਬੰਦਾ ਨਹੀਂ ਜੇ ਹੁਣ ਜਿਹੜਾ ਬੰਦਾ ਹੈ ਜੇ ਹਲਕੇ 'ਚ ਹੀ ਹੈ ਨਾ ਪਹਿਲੇ ਵਾਲੇ ਵੀ ਹਲਕੇ 'ਚ ਨੇ ਸਭ ਹਲਕੇ ਵਾਲੇ ਖੜੇ ਨੇ ਇਹ ਬਿਨਾ ਹਲਕੇ ਤੋਂ ਕੋਈ ਨਹੀਂਗਾ ਕੈਂਡੀਡੇਟ ਦੀ ਗੱਲ ਕਰ ਰਹੇ ਨੇ ਕੈਂਡੀਡੇਟ ਵੀ ਆਪਣੇ ਹੀ ਹੈ ਉਹ ਕਿਉਂ ਨਹੀਂ ਪਤਾ ਕੋਈ ਪਤਾ ਜਿਹੜਾ ਉਹ ਦੀ ਸਾਡਾ ਤੁਸੀਂ ਜੋ ਆਪਣੇ ਇਸ ਸਮੇਂ ਐਲੀਗੇਸ਼ਨ ਲਾ ਰਹੇ ਨਾ ਉਹਦਾ ਜਵਾਬ ਲਓ ਕੈਂਡੀਡੇਟ ਦਾ ਜਵਾਬ ਨਾ ਲਓ ਖਾਲਸਾ ਜੀ ਕਿੱਥੇ ਨੇ ਹਰਿੰਦਰ ਖਾਲਸਾ ਜੀ ਕਿੱਥੇ ਨੇ ਇੱਕ ਮਿੰਟ ਮੈਂ ਇੱਕ ਗੱਲ ਕਰਨਾ ਚਾਹੁੰਦਾ ਗੁਰਮੀਤ ਭੱਟੀ ਨਹੀਂ ਹੈ ਇੱਕ ਮੈਂ ਗੱਲ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਕੇਜਰੀਵਾਲ ਆ ਕੇ ਗਰੰਟੀਆਂ ਦਿੰਦਾ ਹੈਲਥ ਦੀਆਂ ਵੀ ਸਭ ਤੋਂ ਵਧੀਆ ਹੈਲਥ ਮੈਂ ਦਊਂਗਾ ਜਦੋਂ ਕੋਈ ਸੱਚਾਈ ਆ ਵੀ ਕੋਵਿਡ ਦੇ ਦੌਰਾਨ ਸਭ ਤੋਂ ਵੱਧ ਬੰਦੇ ਮਰੇ ਨੇ ਦਿੱਲੀ 'ਚ ਮਰੇ ਨੇ ਜਦੋਂ ਕੋਈ ਜਰਨੈਲ ਸਿੰਘ ਜਿਹੜਾ ਇੱਕ ਸਿੱਖ ਕੌਮ ਦਾ ਵੱਡਾ ਆਗੂ ਸੀ ਉਹਨੂੰ ਇੱਕ ਆਕਸੀਜਨ ਤੇ ਇੱਕ ਬੈੱਡ ਨਹੀਂ ਮਿਲ ਸਕਿਆ ਉਹ ਬੰਦਾ ਘਰ ਦੇ ਵਿੱਚ ਬਿਨਾਂ ਆਕਸੀਜਨ ਤੇ ਬੈੱਡ ਤੋਂ ਮਰ ਗਿਆ ਇਹਨਾਂ ਦਾ ਸ਼ਰਮ ਦੀ ਗੱਲ ਇਹਨਾਂ ਦਾ ਐਮਐਲਏ ਰਿਹਾ ਸੀ ਉਹ ਲੱਖਾਂ ਕਰੋੜਾਂ ਅਰਬਾਂ ਦੇ ਇਹਨੇ ਬਜਟ ਪਾਸ ਕਰਤੇ ਗਲੀਆਂ ਨਾਲੀਆਂ ਪਾਸ ਕਰਤੀਆਂ ਇਹਨਾਂ ਨੂੰ ਪੁੱਛੋ ਸਾਡੇ ਹਲਕੇ 'ਚ ਸਰ ਇੱਕ ਸ਼ਹਿਰ ਹੈ ਮੇਨ ਮੰਡੀ ਗੋਬਿੰਦਗੜ੍ਹ
ਉਹਦੇ ਪਬਲਿਕ ਟਾਇਲਟ ਹੈਗਾ। ਜੇ ਕਿਸੇ ਬੱਚੇ ਨੂੰ ਲੇਡੀਜ਼ ਨੂੰ ਬਾਜ਼ਾਰ ਜਾ ਕੇ ਪਬਲਿਕ ਟਾਇਲਟ ਜਾਣਾ ਪਵੇ, ਸਾਡੇ ਕਿਸੇ ਅਮਲੋਹ ਸ਼ਹਿਰ 'ਚ ਮੰਡੀ ਕੋਲ ਇੱਕ ਪਬਲਿਕ ਟਾਇਲਟ ਨਹੀਂ ਬਣਾ ਸਕੇ, ਇਹ ਬੜੇ ਵਿਕਾਸ ਦੀਆਂ ਗੱਲਾਂ ਕਰਦੇ। ਇੱਕ ਟਾਇਲਟ ਨਹੀਂ ਹੈਗਾ ਮੰਡੀ ਗੋਬਿੰਦਗੜ੍ਹ ਸ਼ਹਿਰ 'ਚ ਕਿਸੇ 'ਚ ਵੀ ਜਾਓ। ਜੇ ਬਸ ਜੇ ਉੱਥੇ ਬਾਥਰੂਮ ਨਾ ਬਣੇ ਹੋਣ, ਅਸੀਂ ਆਪਣੇ ਬੰਦਿਆਂ ਤੋਂ ਵੀ, ਜੇ ਉੱਥੇ ਬਾਥਰੂਮ ਨਾ ਬਣੇ ਹੋਣ ਜਾ ਕੇ ਚੈੱਕ ਕਰੋ, ਠੀਕ ਹੈ ਜੀ। ਜਿੱਥੇ ਜਿੱਥੇ ਸਾਡੀਆਂ ਵੈਨਿਟੀ ਵੈਨਾਂ ਸੀ, ਅਸੀਂ ਉੱਥੇ ਮੇਨ ਬੱਸ ਸਟੈਂਡ 'ਚ ਬਣਾਇਆ, ਜਾ ਕੇ ਚੈੱਕ ਕਰ ਸਕਦੇ। ਜੇ ਨਾ ਹੋਣ ਜੋ ਤੁਸੀਂ ਹੁਕਮ ਲਾਉਣ ਗਏ ਸਾਨੂੰ ਸਿਰ ਮੱਤੇ ਆ। ਦੇਖੋ ਮਲੋਹ ਦੇ ਵਿੱਚ ਅਸੀਂ 7.5 ਲੱਖ ਰੁਪਏ ਨਾਲ ਸਾਡੀ ਗੁਰਦਰਸ਼ਨ ਜੀ ਦੇ, ਸਵਰਗੀ ਗੁਰਦਰਸ਼ਨ ਜੀ ਦੇ ਕੈਬਨਿਟ ਮੰਤਰੀ ਪੰਜਾਬ ਦੇ, ਅਸੀਂ ਲਾਇਬ੍ਰੇਰੀ ਬਣਾ ਰਹੇ ਹਾਂ ਜਿਹਦਾ ਨਿਰਮਾਣ ਹੋ ਚੁੱਕਿਆ। ਦੋੜੇ ਦਿਨਾਂ ਵਿੱਚ ਉਹਦੇ ਵਿੱਚ ਬੁੱਕਸ ਵੀ ਰੱਖੀਆਂ ਜਾਣਗੀਆਂ। ਸੀਤਲਾ ਮਾਤਾ ਮੰਦਰ ਕਮੇਟੀ ਦੇ ਨਾਲ ਇਹਨਾਂ ਨੂੰ ਨਾਲ ਲਿਆ ਕੇ ਅਸੀਂ ਹੁਣ ਵੀ ਦਿਖਾ ਸਕਦੇ ਹਾਂ। ਰਹੀ ਗੱਲ ਵੀ ਕਾਕਾ ਜੀ ਕਹਿੰਦੇ ਆਉਂਦੇ ਨਹੀਂ, ਇਹਨਾਂ ਨੂੰ ਪੁੱਛੋ ਵੀ ਕੋਰੋਨਾ ਮਹਾਂਮਾਰੀ ਦੌਰਾਨ ਇਹਨਾਂ ਦੇ ਲੀਡਰ ਸਾਹਿਬਾਨ ਕਿੱਥੇ ਸੀ? ਜਿੱਥੇ ਸਾਡੀ ਕਾਕਾ ਜੀ ਦੀ ਬਣਾਈ ਹੋਈ ਸੰਸਥਾ ਗੁਰਦਰਸ਼ਨ ਫਾਊਂਡੇਸ਼ਨ ਲੋਕਾਂ ਦੇ ਘਰਾਂ 'ਚ ਜਾ ਕੇ ਅਸੀਂ ਆਟਾ ਦਾਲ ਸਾਰਾ ਕੁਝ ਸਮਾਨ ਵੰਡ ਰਹੇ ਸੀ, ਇਹਨਾਂ ਦੇ ਉਮੀਦਵਾਰ ਉਸ ਟਾਈਮ ਕਿੱਥੇ ਸੀ? 2 ਸਾਲ ਕੋਰੋਨਾ ਦੇ ਟਾਈਮ ਜਿਹੜੇ ਦਿਖੇ ਨੀਗੇ, ਸਾਡੀ ਸੰਸਥਾ ਘਰ ਘਰ ਜਾ ਰਹੀ ਸੀ। ਰੋਡ ਹੈ, ਸੜਕਾਂ ਆ, ਹੋਸਪਿਟਲਸ ਹੈ, ਸਕੂਲਸ ਹੈ, ਜਿਹੜੀ ਪਬਲਿਕ ਨੂੰ ਆਰਾਮ ਦੀਆਂ ਚੀਜ਼ਾਂ ਹੁਣ ਸਭ ਤੋਂ ਪਹਿਲਾਂ ਉਹ ਕਰਾਂਗੇ। ਦੂਜੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੰਨੀ ਇੰਡਸਟਰੀ ਲੱਗੀ ਹੋਆ ਜਿਹਦਾ ਕੋਈ ਫੋਕਰ ਪੈਣ ਨਹੀਂ। ਤਾਂ ਇਹ ਹਲਕਾ ਅਮਲੋਹ ਦੇ ਲੋਕ ਨੇ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਵਿਕਾਸ ਦੇ ਪ੍ਰੋਜੈਕਟ ਚੱਲ ਰਹੇ ਨੇ ਉਸੇ ਤਰੀਕੇ ਨਾਲ ਜਾਰੀ ਰਹਿਣਗੇ। ਔਰ ਅਕਾਲੀ ਦਲ ਕਹਿ ਰਿਹਾ ਕਿ ਪਾਣੀ ਦੀ ਸਮੱਸਿਆ, ਸੀਵਰੇਜ ਸਮੱਸਿਆ ਦੂਰ ਕੀਤੀ ਜਾਊਗੀ। ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਿਹੜੇ ਬੇਸਿਕ ਜ਼ਰੂਰਤਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਊਗਾ। ਫਿਲਹਾਲ ਇਸ ਹਲਕੇ ਤੋਂ, ਹਲਕਾ ਅਮਲੋਹ ਤੋਂ ਇੱਦਾਂ ਹੀ। ਕੱਲ੍ਹ ਤੁਹਾਨੂੰ ਮਿਲਾਂਗੇ ਨਵੇਂ ਹਲਕੇ ਦੇ ਵਿੱਚ। ਤਦ ਤੱਕ ਦੇ ਲਈ ਮੈਨੂੰ ਭੁਲਜੀਤ ਸਿੰਘ ਅਤੇ ਮੇਰੇ ਕੈਮਰਾ ਸਾਥੀ ਸੰਦੀਪ ਨੂੰ ਦਿਓ ਇਜਾਜ਼ਤ, ਪਰ ਤੁਸੀਂ ਦੇਖਦੇ ਰਹੋ ABP।